ਅੱਜ ਰਾਜਪੁਰੇ ਦੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਅਚਾਨਕ 33 ਗਾਵਾਂ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀਆਂ ਵੱਲੋਂ ਜਦੋਂ ਮੌਤ ਦੇ ਕਾਰਨ ਦੀ ਜਾਂਚ ਕੀਤੀ ਗਈ ਤਾਂ ਇੱਕ ਵੱਡੀ ਲਾਪਰਵਾਹੀ ਦਾ ਖੁਲਾਸਾ ਹੋਇਆ। ਤੁਸੀਂ ਵੀ ਸੁਣੋ ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ। ਇਹਨਾਂ ਦੱਸਿਆ ਵੀ ਐਨੀਮਲ ਜਿਹੜੇ ਹੈਗੇ ਸਾਡੇ ਵੀ ਇੱਕੋਦਮ ਗਿਰ ਗਏ ਆ। ਅਸੀਂ ਆ ਕੇ ਇਮੀਡੀਏਟ ਦੇਖਿਆ ਤਾਂ ਹਰਾ ਚਾਰਾ ਜਿਹੜਾ ਹੈਗਾ ਅਸੀਂ ਟੈਸਟ ਕੀਤਾ, ਟੈਸਟ ਕਰਕੇ ਅਸੀਂ ਦੇਖਿਆ ਤਾਂ ਉਹਦੇ ਵਿੱਚ ਨਾਈਟ੍ਰੇਟ ਦੀ ਪੋਇਜ਼ਨਿੰਗ ਆਈ ਹੈ। ਨਾਈਟ੍ਰੇਟ ਪੋਇਜ਼ਨ ਜਿਹੜੀ ਹੈਗੀ ਆ ਉਹ ਹਰੇ ਚਾਰੇ ਤੋਂ ਆਉਂਦੀ ਹੈ, ਅਤੇ ਇਸ ਕਰਕੇ ਜਿਹੜਾ ਹੈਗਾ ਅਸੀਂ ਉਹ ਇਲਾਜ ਕਰ ਰਹੇ ਹਾਂ ਅਤੇ ਉਹਦਾ ਰਿਜ਼ਲਟ ਅਸੀਂ ਦੇਖਦੇ ਹਾਂ ਅਤੇ ਜਿਹੜਾ ਹੈਗਾ ਮਿਲ ਰਿਹਾ। ਬਾਕੀ ਅਸੀਂ ਹਰਾ ਚਾਰਾ ਜਿਹੜਾ ਪਾਇਆ ਹੋਇਆ ਖੁੱਲੀਆਂ 'ਚੋਂ ਸਾਰਾ ਚੁੱਕਾ ਤਿਆ ਅਤੇ ਅਸੀਂ ਜਿਹੜਾ ਹੈਗਾ ਬਾਕੀ ਨੈਕਸਟ ਟ੍ਰੀਟਮੈਂਟ ਕਰ ਰਹੇ ਹਾਂ। ਬਾਕੀ ਐਨੀਮਲ ਜਿਹੜੇ ਮਰੇ ਆ ਉਹਦਾ ਅਸੀਂ ਪੋਸਟਮਾਰਟਮ ਕਰਵਾਵਾਂਗੇ। ਦੱਸ ਦਈਏ ਕਿ ਪੰਜਾਬ ਵਿੱਚ ਜ਼ਹਿਰੀਲੇ ਚਾਰੇ ਕਾਰਨ ਪਸ਼ੂਆਂ ਦੀ ਹੋ ਰਹੀ ਮੌਤਾਂ ਦਾ ਮਾਮਲਾ ਪਹਿਲੇ ਵੀ ਦੈਨਿਕ ਸਵੇਰਾ ਵੱਲੋਂ ਨਸ਼ਰ ਕੀਤਾ ਗਿਆ ਸੀ, ਜਿਸ ਦੇ ਪੁਖਤਾ ਸਬੂਤ ਜਾਂਚ ਕਰਵਾਉਣ ਮਗਰੋਂ ਪੇਸ਼ ਕੀਤੇ ਗਏ ਸਨ। ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਥੋੜ੍ਹੇ ਜਿਹੇ ਫਾਇਦੇ ਲਈ ਬੇਜ਼ੁਬਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।